ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲਸ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਜਿਹੜਾ ਝੋਨੇ ਦੀ ਲਵਾਈ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਿਹੜਾ ਹੈਗਾ ਨਵੀਆਂ ਤਰੀਕਾਂ ਦਾ ਐਲਾਨ ਹੋ ਚੁੱਕਿਆ ਉਹਦੇ ਬਾਰੇ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਜਾ ਚੁੱਕੀ ਹੈ ਪੰਜਾਬ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਹੁਣ ਆ ਜਾਂਦੀ ਗੱਲ ਕਿ ਪਨੀਰੀ ਦੀ ਬਿਜਾਈ ਆਪਾਂ ਕਦੋਂ ਕਰੀਏ ਸਹੀ ਕਿਉਂਕਿ ਜਿਹੜਾ ਆਪਾਂ ਨੂੰ ਸਹੂਲਤ ਦੇਣੀ ਸੀਗੀ ਆਪਾਂ ਨੂੰ ਜਿਹੜੀ ਸੌਖ ਦੇਣੀ ਸੀ ਉਹ ਵਿਭਾਗ ਵੱਲੋਂ ਸਰਕਾਰ ਵੱਲੋਂ ਜਿਹੜੀਆਂ ਤਰੀਕਾਂ ਦਿੱਤੀਆਂ ਜਾਂਦੀਆਂ ਤਾਂ ਕਿ ਆਪਾਂ ਵੰਡਮਾਰਾ ਖਵਾ ਲਾ ਸਕੀਏ ਫਿਰ ਆਪਾਂ ਉਹਦੇ ਵਿੱਚ ਤਰੀਕਾਂ ਦੀ ਨਿਸ਼ਚਿਤ ਕਰਨਾ ਵੈਰਾਈਟੀ ਵਾਈਜ਼ ਜਿਹਦੇ ਵਿੱਚ ਝੋਨਾ ਜਾਂ ਬਾਸਮਤੀ ਹੈ ਕਿ ਸਹੀ ਸਮਾਂ ਕਿਹੜਾ ਹੈ ਤਾਂ ਕਿ ਆਪਾਂ ਸਹੀ ਵਧੀਆ ਚੰਗਾ ਝਾੜ ਵੀ ਲੈ ਸਕੀਏ ਤੇ ਆਪਾਂ ਨੂੰ ਲਾਉਣ ਦੇ ਵਿੱਚ ਕੋਈ ਇੱਕਦਮ ਕੋਈ ਲੇਬਰ ਦੀ ਜਾਂ ਹੋਰ ਘਾਟ ਵੀ ਨਾ ਪਵੇ ਸੋ ਵੰਡਮਾ ਰਕਬਾ ਲਾ ਕੇ ਆਪਾਂ ਚੰਗਾ ਝਾੜ ਵੀ ਲੈ ਸਕਦੇ ਹਾਂ ਤੇ ਸੌਖੇ ਤਰੀਕੇ ਜਿਹੜਾ ਚੂਨਾ ਲਾ ਸਕਦੇ ਜਿਹੜੀ ਸਿੱਧੀ ਬਿਜਾਈ ਆ ਉਹ ਤੁਸੀਂ 20 ਮਈ ਤੋਂ ਜਿਹੜਾ ਹੈਗਾ ਸ਼ੁਰੂ ਕਰ ਸਕਦੇ ਆ 20 ਮਈ ਤੋਂ ਬਾਅਦ ਜਦੋਂ ਵੀ ਤੁਸੀਂ ਸਿੱਧੀ ਬਿਜਾਈ ਵਾਸਤੇ ਚਾਹੇ ਉਤਰਵੱਤਰਾਂ ਜਾਂ ਸੁੱਕੇ ਵੱਤਰ ਦੇ ਵਿੱਚ ਬਿਜਾਈ ਕਰਨੀ ਹੈ ਉਸ ਤੋਂ ਇਲਾਵਾ ਜਿਹੜੀਆਂ ਪਨੀਰੀਆਂ ਬਜਾਈਆਂ ਕਿਉਂਕਿ ਕਈ ਕਿਸਾਨ ਵੀਰ ਥੋੜਾ ਜਿਹਾ ਗਿੱਤਾ ਜ਼ਿਆਦਾ ਪਨੀਰੀ ਦੀ ਬਿਜਾਈ ਕਰ ਲੈਂਦੇ ਆ ਆਪਾਂ ਚਾਹੁੰਦੇ ਆ ਕਿ ਸਭ ਦਾ ਝਾੜ ਵਧੀਆ ਹੋਵੇ ਪਰ ਥੋੜਾ ਇਸ ਗੱਲ ਦਾ ਧਿਆਨ ਰੱਖਿਓ ਕਿਉਂਕਿ ਮੌਸਮ ਦੇ ਵਿੱਚ ਜਿਹੜੇ ਹਸਾਬ ਨਾਲ ਚੇਂਜ ਆ ਰਹੀ ਹੈ ਤਾਂ ਅਗੇਤੇ ਝੋਨੇ ਦਾ ਨੁਕਸਾਨ ਹੋ ਸਕਦਾ ਸੋ ਜੇ ਆਪਾਂ ਗੱਲ ਕਰੀਏ ਕਿਸਮਬਾਰ ਤਾਂ ਸਭ ਤੋਂ ਵੱਧ ਪਹਿਲਾਂ ਜਿਹੜੀਆਂ ਪੀਆਰ ਕਿਸਮਾਂ ਨੇ ਜਿਹਦੇ ਵਿੱਚ ਪੀਆਰ 113 ਤੋਂ ਪੀਆਰ 114 ਪੀਆਰ 121 ਪੀਆਰ 122 ਪੀਆਰ 128 ਪੀਆਰ 129 ਪੀਆਰ 100 30 ਜਾਂ PR 131 ਹੈ ਇਹਨਾਂ ਦੇ ਵਿੱਚ ਜਿਹੜੀ PR 130 ਹੈ ਇਹ ਬਾਕੀ ਕਿਸਮਾਂ ਨਾਲੋਂ ਆਪਾਂ 5-7 ਦਿਨ ਹੋਰ ਲੇਟ ਪਨੀਰੀ ਵੇਚ ਸਕਦੇ ਹਾਂ ਜਿਹੜੀਆਂ ਬਾਕੀ ਜਿਹੜੀਆਂ PR ਕਿਸਮਾਂ ਤੁਹਾਨੂੰ ਮੈਂ ਗਣਾਈਆਂ ਨੇ 21 22 28 29 31 13 14 ਇਹ ਆਪਾਂ 20 ਮਈ ਤੋਂ ਲੈ ਕੇ 25 ਮਈ ਤੱਕ 26 27 ਤੱਕ ਇਹਦੀ ਪਨੀਰੀ ਆਪਾਂ ਵੇਚ ਸਕਦੇ ਹਾਂ ਜਿਹੜੀ ਆ ਗਈ PR127 ਜਾਂ PR130 ਹੈ ਜਾਂ HKR47 ਕਿਸਮ ਆ ਇਹ ਤੁਸੀਂ 25 ਮਈ ਤੋਂ ਬਾਅਦ ਪਨੀਰੀ ਬੀਜਣੀ ਆ 25 ਤੋਂ ਜਿਹੜੀ ਹੈਗੀ 31 ਮਈ ਜਾਂ 1-2 ਜੂਨ ਤੱਕ ਵੀ ਇਹਦੀ ਪਨੀਰੀ ਦੀ ਤੁਸੀਂ ਬਜਾਈ ਕਰ ਸਕਦੇ ਆ ਪਨੀਰੀ ਆਪਾਂ ਕੋਸ਼ਿਸ਼ ਕਰਨੀ ਆ ਕਿ ਜੇ ਰਕਬਾ ਜ਼ਿਆਦਾ ਦਾ ਵੰਡਮਾ ਜਿਹੜਾ ਹੈਗਾ ਪਨੀਰੀ ਬੀਜ ਲਈਏ ਤਾਂ ਕਿ ਪਨੀਰੀ ਆਪਣੀ ਵੱਡੀ ਨਾ ਹੋਵੇ ਲਾਉਂਦੇ ਲਾਉਂਦੇ ਤੇ ਜਿਹੜੀ PR126 ਕਿਸਮ ਆ ਜਿਹੜੀ ਕਿ ਜ਼ਿਆਦਾ ਰਕਬੇ ਦੇ ਵਿੱਚ ਲੱਗਣ ਜਾ ਰਹੀ ਆ ਉਹ ਵੀ ਤੁਸੀਂ ਪਨੀਰੀ ਆ ਜਿਹੜੀ ਉਹ ਕੋਸ਼ਿਸ਼ ਕਰਨੀ ਆ ਕਿ ਕਿਉਂਕਿ ਜਿਹੜਾ ਟਾਈਮ ਦਿੱਤਾ ਗਿਆ ਪੀਜ ਲੁਧਿਆਣਾ ਵੱਲੋਂ 25 ਮਈ ਤੋਂ 20 ਜੂਨ ਆ ਪਰ ਜਿਹੜਾ ਪਿਛਲੇ ਤਜਰਬਿਆਂ ਦੇ ਹਿਸਾਬ ਨਾਲ ਸਭ ਤੋਂ ਵੱਧ ਜਿਹੜਾ ਚੰਗਾ ਝਾੜ ਮਿਲਿਆ ਉਹ ਜਿਹੜਾ ਝੋਨਾ ਪਨੀਰੀ ਪੁੱਟ ਕੇ ਜਿਹੜੀ ਆਪਾਂ 10 ਤੋਂ 20 ਜੁਲਾਈ ਦੇ ਦਰਮਿਆਨ ਲਾਉਣੇ ਆ ਜਾਂ ਉਹ ਤੋਂ 2-4 ਦਿਨ ਮਗਰੋਂ ਤੱਕ ਵੀ ਲਾ ਸਕਦੇ ਪਰ ਇਹ ਟਾਈਮ ਬੈਸਟ ਆ ਜਿਹੜਾ ਟਾਈਮ ਲਈ ਪੱਕ ਵੀ ਜਾਂਦਾ ਤਾਂ ਇਹਦੇ ਹਿਸਾਬ ਨਾਲ ਫਿਰ ਤੁਸੀਂ 10 ਤੋਂ 20 ਜੂਨ ਨੂੰ ਜਿਹੜੀ ਇਹ ਪਨੀਰੀ ਦੀ ਬਜਾਈ ਕਰਨੀ ਹੈ ਪੀਆਰ 126 ਤੇ ਕਰਨੀ ਵੰਡਮੀ ਕਿਉਂਕਿ ਸਭ ਤੋਂ ਵੱਡਾ ਨੁਕਤਾ ਹੈ ਕਿ ਪਨੀਰੀ ਵੱਡੀ ਨਹੀਂ ਹੋਣੀ ਚਾਹੀਦੀ ਇਹਨੇ ਘੱਟ ਸਮੇਂ ਵਿੱਚ ਪੱਕਣਾ ਜੇ ਪਨੀਰੀ ਵੱਡੀ ਹੋ ਗਈ ਤਾਂ ਇਹਨੂੰ ਫੋਟ ਵਾਸਤੇ ਜਾਂ ਗਰੋਥ ਵਾਸਤੇ ਉਹਨਾਂ ਟਾਈਮ ਨਹੀਂ ਮਿਲਦਾ ਡਿਵੈਲਪਮੈਂਟ ਵਾਸਤੇ ਇਹਦੇ ਕਰਕੇ ਝਾੜ ਘਟ ਜਾਂਦਾ ਪਰ ਪਿਛਲੇ ਸਾਲਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਤਜਰਬਾ ਹੋ ਗਿਆ ਕਿ ਪੀਆਰ 126 ਦੀ ਪਨੀਰੀ ਛੋਟੀ ਲਾਓ ਜੁਲਾਈ ਦੇ ਵਿੱਚ ਜਿਹੜੀ ਪਨੀਰੀ ਪੁੱਟ ਕੇ ਲਾਉਣੀ ਹੈ ਇਸ ਕਰਕੇ ਜਿਹੜੀ 10 15 20 ਜੂਨ ਤੱਕ ਇਹਦੀ ਪਨੀਰੀ ਦੀ ਬਜਾਈ ਕਰੋ ਕਿਉਂਕਿ ਆਪਾਂ 20 ਦਿਨ ਦੀ 22 ਦਿਨ ਦੀ 25 ਦਿਨ ਦੀ ਜਿਹੜੀ ਪਨੀਰੀ ਆ ਉਹ ਲਾਉਣ ਦੀ ਕੋਸ਼ਿਸ਼ ਕਰਨੀ ਆ ਵੱਧ ਤੋਂ ਵੱਧ 27-28 ਦਿਨਾਂ ਤੱਕ ਵੀ ਆਪਾਂ 30 30 ਦਿਨਾਂ ਦੀ ਵੀ ਜੇ ਆ ਮਤਲਬ ਆਪਣੇ ਵੱਸੋਂ ਬਾਹਰ ਆ ਤਾਂ 30 ਤੱਕ ਲਾ ਸਕਦੇ ਜੇ ਉਦੋਂ ਵੱਡੀ ਹੁੰਦੀ ਤਾਂ ਫੇਰ ਕਾਫੀ ਝਾੜ ਤੇ ਅਸਰ ਪੈ ਸਕਦਾ ਫੇਰ ਆਪਾਂ ਗੱਲ ਕਰੀਏ ਜੇ ਬਾਸਮਤੀ ਕਿਸਮਾਂ ਦੇ ਵਿੱਚ ਤਾਂ ਜਿਹੜੀ ਪੰਜਾਬ ਬਾਸਮਤੀ 7 ਹੈ ਜਾਂ ਪੰਜਾਬ ਬਾਸਮਤੀ 5 ਹੈ ਪੂਸਾ ਬਾਸਮਤੀ 11 21 ਹੈ ਪੂਸਾ ਵਾਲ ਬਾਸਮਤੀ 16 37 ਹੈ 17 18 ਹੈ ਜਾਂ ਜਿਵੇਂ ਨਵੀਆਂ ਕਿਸਮਾਂ ਦੇ ਵਿੱਚ 18 85 ਆਈ ਹੈ ਇੰਨਾ ਕਿਸਮਾਂ ਦੀ ਤੁਸੀਂ ਪਨੀਰੀ ਦੀ ਬਜਾਈ ਆ ਜਿਹੜੀ ਉਹ ਕੋਸ਼ਿਸ਼ ਕਰਨੀ ਆ 10 15 ਜੂਨ ਦੇ ਨੇੜ ਤੇੜ ਬਜਾਈ ਕਰਨੀ ਆ ਇਹਦੂ ਬਹੁਤੀ ਗੇਤੀ ਨਾਲ ਕੋਸ਼ਿਸ਼ ਕਰੋ ਕਿਉਂਕਿ ਜੂਨ ਦਾ ਪਹਿਲਾ 15 ਵਾੜਾ ਪਹਿਲੇ 15 ਵਾੜੇ ਦੇ ਵਿੱਚ ਵੀ ਜਿਹੜਾ ਹੈਗਾ ਤੁਸੀਂ 10 ਤੋਂ 15 ਜੂਨ ਦੇ ਨੇੜ ਤੇੜ ਕੋਸ਼ਿਸ਼ ਕਰੋ ਤੇ ਜਿਹੜੀ ਇਹਦੀ ਲਵਾਈ ਆਪਣੀ ਰਿਪੋਰਟ ਕੇ ਲਾਉਣ ਦਾ ਉਹ ਜਿਹੜਾ ਹੈਗਾ 10 15 ਜੁਲਾਈ ਤੱਕ ਫਿਰ ਲੱਗ ਜਾਊਗੀ ਮਹੀਨੇ ਦੀ ਤੁਹਾਡੀ ਪਨੀਰੀ ਜਿਹੜੀ ਜਿਹੜੀਆਂ ਦੂਜੀਆਂ ਇਸ ਤੋਂ ਇਲਾਵਾ ਹੋਰ ਕਿਸਮਾਂ ਨੇ ਜਿਹੜੀਆਂ ਥੋੜਾ ਘੱਟ ਸਮਾਂ ਲੈਂਦੀਆਂ ਜਿਹਦੇ ਵਿੱਚ ਸੀਐਸਆਰ 30 ਜਾਂ ਪੂਸਾ ਬਾਸਮਤੀ 15009 ਆ ਜਾਂ ਪੂਸਾ ਬਾਸਮਤੀ 1692 1847 ਆ ਇਹ ਤੁਸੀਂ ਲਾਉਣੀ 15 ਜੂਨ ਤੋਂ ਬਾਅਦ ਪਨੀਰੀ ਵੇਚਣੀ ਆ 15 ਤੋਂ 30 ਜੂਨ ਤੱਕ ਪਨੀਰੀ ਤੁਸੀਂ ਬੀਜ ਸਕਦੇ ਆ ਤੇ 15 ਤੋਂ 30 ਜੁਲਾਈ ਤੱਕ ਹੀ ਇਹਦੀ ਟ੍ਰਾਂਸਪਲੈਂਟਿੰਗ ਆਪਾਂ ਕਰ ਸਕਦੇ ਆ ਕਈ ਵਾਰ ਕਈ ਕਿਸਾਨ ਵੀਰਾਂ ਦਾ ਜਿਹੜਾ ਖੇਤ ਆ ਕੋਈ ਮੱਕੀ ਵਗੈਰਾ ਲੱਗੀ ਹੁੰਦੀ ਲੇਟ ਵੇਲਾ ਹੁੰਦਾ ਉਹ ਤੁਸੀਂ ਜੁਲਾਈ ਦੇ ਪਹਿਲੇ ਹਫਤੇ ਤੱਕ ਵੀ ਇਹਦੀ ਲਵਾਈ ਕਰ ਸਕਦੇ ਹੋ ਉਹਦੇ ਵਾਸਤੇ ਫਿਰ ਤੁਸੀਂ ਜਿਹੜੀ ਪਨੀਰੀ ਆ ਹੋਰ ਲੇਟ ਕਰ ਬਜਾਈ ਵਾਸਤੇ ਕੋਸ਼ਿਸ਼ ਇਹੀ ਕਰਨੀ ਆ ਆਪਾਂ ਚਾਹੇ ਝੋਨਾ ਚਾਹੇ ਬਾਸਮਤੀ ਆ ਕਿ ਪਨੀਰ ਹੀ ਆਪਾਂ ਜਿੰਨੀ ਜਲਦੀ ਤਿਆਰ ਵਧੀਆ ਤਰੀਕੇ ਨਾਲ ਕਰ ਸਕਦੇ ਆ ਇਹਦੇ ਬਾਰੇ ਆਪਾਂ ਵੀਡੀਓ ਵੱਖਰੀ ਪਾਈ ਸੀ ਕਿ ਪਹਿਲਾ ਨੁਕਤਾ ਕਿਉਂਕਿ ਇਹ ਤੇ ਆਪਣਾ ਖਰਚਾ ਨਹੀਂ ਕੋਈ ਵੀ ਹੁੰਦਾ ਪਨੀਰੀ ਜਿਹੜੀ ਹੈਗੀ ਆਪਾਂ ਜਲਦੀ ਤਿਆਰ ਕਰਨ ਦੇ ਵਾਸਤੇ ਜਿਵੇਂ ਖੇਤ ਦੀ ਤਿਆਰੀ ਆ ਰੂੜੀ ਖਾਦ ਪਾਉਣੀ ਆ ਉਹਦੇ ਵਿੱਚ ਜ਼ਰੂਰਤ ਅਨੁਸਾਰ ਨਿਮਾ ਟੋੜ ਤੋਂ ਬਚਾਉਣ ਵਾਸਤੇ ਜਿਹੜੀ ਸਰੋਂ ਦੀ ਖਾਲ ਆ ਬਜਾਈ ਟਾਈਮ ਜਿਹੜੀਆਂ ਖਾਦਾਂ ਪਾਣੀਆਂ ਜਿਵੇਂ ਮੈਂ ਪਹਿਲਾਂ ਵੀਡੀਓ ਵਿੱਚ ਤੁਹਾਨੂੰ ਦੱਸ ਚੁੱਕਿਆ ਫਿਰ ਉਦੋਂ ਬਾਅਦ ਜਿਹੜੀ ਹੈਗੀ ਆ ਆ ਸੈਕੰਡ ਡੋਜ਼ ਖਾਦਦੀ ਤੇ ਸਪ੍ਰੇ ਆਪਣੀਰੀ ਦੇ ਉੱਤੇ ਆਪਾਂ ਆਰਾਮ ਦੇ ਨਾਲ ਜਿਹੜੀ ਘੱਟ ਸਮੇਂ ਵਾਲੀਆਂ ਕਿਸਮਾਂ ਜਿਵੇਂ ਪੀਆ 126 ਜਾਂ ਪੂਸਾ ਬਾਸਮਤੀ 1509 1847 1692 ਇਹਦੀ ਪਨੀਰੀ ਆਰਾਮ ਦੇ ਨਾਲ 20 25 ਦਿਨਾਂ 'ਚ 20 22 23 ਦਿਨਾਂ ਦੇ ਵਿੱਚ ਤਿਆਰ ਕਰ ਸਕਦੇ ਜਿਹੜੀਆਂ ਲੰਬੇ ਸਮੇਂ ਵਾਲੀਆਂ ਕਿਸਮਾਂ ਕਿਉਂਕਿ ਜਿਹੜੀ ਲੰਬੇ ਸਮੇਂ ਵਾਲੀ ਕਿਸਮ ਹੁੰਦੀ ਉਹਦੀ ਗਰੋਥ ਵੀ ਉਸ ਹਾਵਨ ਵਾਲੀ ਹੁੰਦੀ ਤਾਂ ਹੀ ਉਹਨੂੰ ਟਾਈਮ ਜ਼ਿਆਦਾ ਚਾਹੀਦਾ ਹੁੰਦਾ ਉਹ ਆਪਾਂ 25 30 ਦਿਨ ਦੇ ਵਿੱਚ ਬੜੇ ਆਰਾਮ ਦੇ ਨਾਲ ਜਿਹੜੀ ਪਨੀਰੀ ਉਹ ਤਿਆਰ ਕਰਕੇ ਲਾ ਸਕਦੇ ਆ ਪਨੀਰੀ ਵੱਡੀ ਹੋਣ ਦਾ ਕਾਰਨ ਆਮ ਤੌਰ ਤੇ ਜ਼ਿਆਦਾਤਰ ਇਹੀ ਹੁੰਦਾ ਕਿ ਆਪਾਂ ਇਕੱਠੀ ਪਨੀਰੀ ਬਿਜਲੀ ਨੇ ਮੁੜ ਕੇ ਲ ਜਦੋਂ ਮੈਂ ਇਹ ਨਦੀ ਲਾਉਣੀ ਸ਼ੁਰੂ ਕੀਤੀ ਤਾਂ 40 ਦਿਨ ਤੋਂ ਉੱਪਰ ਹੋ ਜਾਂਦੀ ਹੈ ਇੱਕ ਜਿਹੜੀ ਜ਼ਰੂਰੀ ਬੇਨਤੀ ਆ ਕਿ ਪੂਸਾ 44 ਪੀਲੀ ਪੂਸਾ ਡੋਗਰ ਪੂਸਾ ਇਹਨੂੰ ਨਾਂ ਤਰਜੀਹ ਦਿਓ ਇਹਦੇ ਵਿੱਚ ਜਿਹਦੇ ਬਾਰੇ ਆਪਾਂ ਵੱਖਰੀ ਵੀਡੀਓ ਵੀ ਡਿਟੇਲ ਦੇ ਵਿੱਚ ਪਾਵਾਂਗੇ ਕਿ ਇਹਦੇ ਵਿੱਚ ਆਪਣਾ ਕੀ ਕੀ ਜਿਹੜਾ ਹੈਗਾ ਕਿਉਂਕਿ ਪਾਣੀ ਦੀ ਜਿਹੜੀ ਬਚਤ ਹੋਣੀ ਜਾਂ ਖਰਚਾ ਇਹ ਤੇ ਜ਼ਿਆਦਾ ਹੁੰਦਾ ਹੈ ਜੇ ਆਪਾਂ ਨਾ ਲਾਵਾਂਗੇ ਪਾਣੀ ਦੀ ਬਚਤ ਹੋਊਗੀ ਜੇ ਆਪਾਂ ਲਾਉਣੇ ਪਾਣੀ ਦਾ ਨੁਕਸਾਨ ਹੁੰਦਾ ਖਰਚਾ ਵੀ ਜ਼ਿਆਦਾ ਹੁੰਦਾ ਪਰਾਲੇ ਦਾ ਬਹੁਤ ਜ਼ਿਆਦਾ ਹੁੰਦਾ ਜਿਹਦੇ ਕਰਕੇ ਜਿਹੜਾ ਹੈਗਾ ਇਹਨੂੰ ਪਰਾਲੀ ਸਾਂਭਣੀ ਔਖੀ ਹੈ ਇਹ ਜ਼ਿਆਦਾ ਸਮਾਂ ਲੈਂਦਾ ਖੇਤ ਵੀ ਲੀਟ ਵਿਹਲਾ ਹੁੰਦਾ ਤਾਂ ਫੇਰ ਆਪਣਾ ਜਿਹੜਾ ਇਹਦੇ ਵਿੱਚ ਬਿਮਾਰੀ ਵਗੈਰਾ ਜੇ ਕੋਈ ਸਮੱਸਿਆ ਆ ਗਈ ਕੀੜੇ ਮਕੌੜੇ ਦੀ ਤਾਂ ਉਹ ਵੀ ਕੰਟਰੋਲ ਕਰਨਾ ਔਖਾ ਜਾਂਦਾ ਇਹਦੇ ਬਾਰੇ ਵੱਖਰੀ ਵੀਡੀਓ ਕਰਾਂਗੇ ਸੋ ਇਹ ਚ ਇੰਨੀਆਂ ਹੀ ਬੇਨਤੀਆਂ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰਹੋ ਖਿਸ਼ਾ ਰਹੋ ਬਹੁਤ ਬਹੁਤ ਧੰਨਵਾਦ